ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਐਮ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਅੱਜ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ। ਸਭ ਤੋਂ ਪਹਿਲੇ ਅੱਜ ਮਾਸ਼ਾਅੱਲਾ ਇੱਕ ਜਨਾਬ ਪਹਿਲਾਂ ਛੋਟੀ ਦੀ ਵੀਡੀਓ ਲੈ ਕੇ ਆਇਆ, ਛੋਟੀ ਬੜੀ ਜਨਾਬ ਲਾਜਵਾਬ ਹੈ ਅੱਲਾਹ ਦੇ ਫਜ਼ਲ ਕਰਮ ਨਾਲ। ਮੇਰਾ ਕੈਮਰਾਮੈਨ ਚਾਰ ਛੇਰੋ ਮੇਰੇ ਕੈਮਰੇ ਨਿਗਾਨ ਇਨਸ਼ਾਅੱਲਾ ਤਸੱਲੀ ਕਰਵਾਵੇਗਾ। ਪੰਜ ਕਲਿਆਣ ਛੋਟੀ ਮੁੱਛ ਬੱਗੀ ਮਾਸ਼ਾਅੱਲਾ, ਮੱਥਾ ਸਫੈਦ, ਕਤਰੀ ਕਤਰੀ ਸਿੰਘੀ ਮਾਸ਼ਾਅੱਲਾ, ਪਸ਼ਮ ਜਨਾਬ ਪੂਰੀ ਗਿੱਠ ਗਿੱਠ। ਕੈਮਰਾਮੈਨ ਸਾਹਿਬ ਚਾਰ ਛੇਰੋ ਤਸੱਲੀ ਕਰਵਾਉਣੀ ਹੈ ਤਾਂ ਕਿ ਵਿਖਾਵਣ ਵਿੱਚ ਜਾਂ ਕੋਈ ਵੇਖਣ ਵਾਸਤੇ ਮੇਰੇ ਵੀਰ ਨੂੰ ਜਨਾਬ ਉਲਝਣ ਨਾ ਰਵੇ। ਬਾਕੀ ਜਨਾਬ ਤੁਨੀ ਕੋੜੀ ਦਾ ਨਿਸ਼ਾਨ ਕੋਣੀ, ਚਾਰੇ ਖੁਰ ਇੱਕੋ ਜਿਹਾ, ਜਿਵੇਂ ਜਨਾਬ ਘੋੜਿਆਂ ਦੇ ਸੁੰਭ ਹੁੰਦੇ ਨੇ। ਚੋਟੀ ਦਾ ਕੱਦ ਚੰਗਾ, ਲਾਮ ਚੰਗੀ, ਪੂਰੀ ਪੰਜ ਕਲਿਆਣ, ਪੂਰੀ ਬਰੀਕ ਮਾਸ਼ਾਅੱਲਾ ਜਿਵੇਂ ਟਿਸ਼ੂ ਪੇਪਰ ਹੁੰਦਾ ਹੈ, ਕੁੱਡਾ ਕੁੱਠਾ ਟਾਕ, ਕੈਮਰੇ ਮੇਰੇ ਦੀ ਨਜ਼ਰ ਹੈ। ਬਾਕੀ ਚਾਰ ਛੇਰ ਇਨਸ਼ਾਅੱਲਾ ਤਸੱਲੀ ਕਰਵਾਵਾਂਗੇ। ਸੋਹਣਾ ਤਾਣ ਪੂਰਾ ਮੁੱਠ ਮੁੱਠਦਾ, ਪੂਰੀ ਵਿਰਲ ਮਾਸ਼ਾਅੱਲਾ ਗਿੱਠ ਗਿੱਠ ਦੀ ਖੂਬਸੂਰਤ, ਅੱਲਾ ਦੇ ਫਜ਼ਲੋ ਕਰਮ ਨਾਲ ਭਰਾਵਾਂ ਨੂੰ ਇਨਸ਼ਾਅੱਲਾ ਨੀਲੀ ਬਾਗ ਦੇ ਜਾਨਵਰ ਸਫ਼ਰ ਕਰਕੇ ਇਨਸ਼ਾਅੱਲਾ ਵਿਖਾਏ ਜਾਂਦੇ ਨੇ। ਬਿੱਲੀ ਅੱਖ ਮਾਸ਼ਾਅੱਲਾ, ਮੁੱਛ ਬੱਗੀ, ਸਫੈਦ ਮੱਥਾ, ਨਿੱਕੀ ਨਿੱਕੀ ਸਿੰਗੀ, ਕੰਨੀ ਮਾਸ਼ਾਅੱਲਾ ਲੰਮੀ, ਪੂਰੀ ਜੱਤ ਮਾਸ਼ਾਅੱਲਾ ਗਿੱਠ ਗਿੱਠ, ਅੱਡੀ ਚੰਗੀ, ਲੈਣੇ ਦੇਣੇ ਮੁਕੱਦਰ, ਸੋਧਾ ਨਾਂ ਨਸੀਬ ਦੇ। ਤੇ ਛੋਟੀ ਸੂਈ ਹੈ, ਕਦੋਂ ਸੂਈ ਹੈ, ਕਿੰਨੇ ਦਿਨ ਹੋ ਗਏ, ਕਿੰਨਾ ਦੁੱਧ ਕਰਦੀ ਹੈ, ਇਹ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ ਮਾਸ਼ਾਅੱਲਾ। ਬਾਕੀ ਸੋਹਣਾ ਥਣ ਮਾਸ਼ਾਅੱਲਾ ਪੂਰਾ ਜਨਾਬ ਵਿਰਲਾ ਤੇ, ਬਾਕੀ ਜੋ ਹਿਸਾਬ ਕਿਤਾਬ ਹੈ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੇ ਲੈ ਕੇ ਦਿੰਦੇ ਹਾਂ। ਲਓ ਭਾਜੀ, ਅਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਲਓ ਵੀਰ ਜੀ, ਸਭ ਤੋਂ ਪਹਿਲੇ ਦੱਸਣਾ ਕਿ ਛੋਟੀ ਆਪਣੀ ਕਿੰਨਵਾਂ ਸੁਆ ਸੂਈ? ਪਹਿਲਾਂ ਸੂਈ ਆ ਮੂੰਹ ਚ ਚੌਗੀ ਹੈ ਤੇ। ਅੱਛਾ, ਪਹਿਲਾਂ ਸੁਆ ਸੂਈ ਮੂੰਹ ਚ ਚੌਗੀ? ਹਾਂਜੀ। ਪੱਕੀ ਚੌਗੀ ਹੈ? ਪੱਕੀ। ਅੱਛਾ, ਤੇ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? 6-7 ਦਿਨ ਹੋ ਗਏ। 6-7 ਦਿਨ ਹੋ ਗਏ ਨੇ ਵੀਰ ਮੇਰਾ। ਸੂਈ ਖੜੀ ਹੈ ਤੇ ਵਿੱਚ ਕੋਈ ਪਰੇਸ਼ਾਨੀ ਅਜੇ ਤਾਂ ਗੱਲ ਹੀ ਨੀ ਹੈਗੀ? ਛੱਟਾ ਫੁਹਾਰ ਗੰਢ ਮਰੋੜੀ ਕੋਈ ਨੀ ਹਾਜੀ, ਕੋਈ ਨੀ ਜੀ, ਤਸੱਲੀਆਂ, ਚੋਇਸ ਬਿਲਕੁਲ ਓਕੇ? ਬਿਲਕੁਲ ਓਕੇ ਹੈ ਜੀ, ਠੀਕ ਹੋ ਗਿਆ। ਆਪਣੀ ਘਰ ਦੀ ਝੋਟੀ ਹੈ ਜੀ, ਮੈਂ ਥਨ ਵੇਖ ਲਾ, ਬੱਕੀ ਵੇਖ ਲਾ, ਧੁੰਨੀ ਕੋਲੀ ਦਾ ਨਿਸ਼ਾਨ ਕੋਈ ਨਹੀਂ ਹੈ, ਪੰਜ ਕਲਿਆਣ ਤੇ ਮਰ ਕੱਟਾ ਵੀ ਚੰਗੇ ਮਾਲੀ ਦਾ ਪੋਤਾ। ਅੱਛਾ, ਜੇ ਮੱਝ ਕੱਟੀ ਦੇ ਦਿੰਦੇ ਆਪਾਂ ਵੇਚਣੀ ਨਹੀਂ ਸੀਗੀ ਮੱਝ, ਤੇ ਹੁਣ ਕੱਟਾ ਦੇ ਦਿੱਤਾ, ਮੱਝ ਨੇ ਕੱਟਾ ਦੇ ਦਿੱਤਾ, ਕੱਟਾ ਵੀ ਬੜਾ ਅਨਮੋਲ ਆ। ਅੱਛਾ, ਪੰਜ ਕਲਿਆਣ? ਪੰਜ ਕਲਿਆਣ ਹੀ ਕੱਟਾ ਵਾ, ਕਿਸੇ ਨੇ ਜੇ ਸਾਨ ਵਾਸਤੇ ਰੱਖਣਾ ਤੇ ਅੱਲਾ ਦੇ ਹੁਕਮ ਨਾਲ ਚੰਗਾ ਆ ਕੱਟਾ, ਚੰਗੇ ਮਾਲੀ ਦਾ ਪੁੱਤਰ ਆ। ਅੱਛਾ, ਤੇ ਬੱਕੀ ਦੋ ਉਂਗਲੀ ਦੀ? ਵਾਕਈ ਵਾਕਈ ਵੱਖੀ ਵੇਖ ਲਾ, ਅੱਖ ਵੇਖ ਲਾ, ਮੈਂ ਇਹਨੂੰ ਸਿੰਘ ਬੂਥੀ ਸਾਰਾ ਕੁਝ ਦੇ, ਥਨ ਮੈਂ ਵੇਖ ਤੂੰ ਤੇ ਕਿ ਜੋ ਕੋਈ ਜਿਹੜਾ ਬੰਦਾ ਲਾਏ ਨਾ, ਦੋ ਟਾਈਮ ਚੋਗ ਤਸੱਲੀ ਕਰਕੇ ਲਾਏ, ਇੱਕ ਥਾਂ ਛੱਡ ਕੇ ਬਚਨ 14 ਕਿਲੋ ਦੁੱਧ ਚੋ ਲਏ। ਪੱਕੀ ਗੱਲ? ਪੱਕੀ ਗੱਲ ਹੈ, 14 ਕਿਲੋ ਗਰੰਟੀ ਨਾਲ, ਗਰੰਟੀਆਂ ਤਸੱਲੀਆਂ ਪੂਰੀਆਂ। ਕੋਈ ਵੀਰ ਭਰਾ ਸਫ਼ਰ ਕਰਕੇ ਆਵੇ ਤੇ ਆਪਾਂ ਦੁੱਧ ਘੱਟ ਦੱਸਦੇ ਦੀ ਕੋਈ ਮੁਸ਼ਕਿਲ ਨਹੀਂ? ਹੈਗਾ ਹੀ 14 ਕਿਲੋ ਆ, ਕਿਉਂਕਿ ਪਹਿਲਾਂ ਛੁੱਟੀ ਹੈ ਸੂਈ ਨਾਲ। ਕਿੰਨੇ ਦਿਨ ਦੱਸੇ? 6-7 ਦਿਨ ਹੋ ਗਏ। 6-7 ਦਿਨ, ਦੋ ਦੱਸ ਜਿਹੜੇ ਥੱਲੇ ਹੈਗਾ ਵੇ ਯਾਰ। ਝੋਟੀ ਵੇਲਾ ਬਰੀਕ ਹੈ, ਟਿਸ਼ੂ ਪੇਪਰ ਰੰਗੀ ਆ, ਆ ਬਰੀਕ, ਆ ਪੁੱਛ ਲਾ ਝੋਟੀ ਨੂੰ ਵੇਖ ਲਾ, ਬਰੀਕ ਪੁੱਛ ਲਾ, ਵੱਖੀ ਵੇਖ ਲਾ, ਧੁੰਨੀ ਕੋਲ ਦਾ ਨਿਸ਼ਾਨ ਕੋਈ ਨੀ, ਠੀਕ ਹੋ ਗਿਆ। ਹੁਣ ਜਿਹੜਾ ਦੁੱਧ ਦੱਸੀ ਜਾਂਦਾ 14 ਕਿਲੋ, ਕੋਈ ਬੰਦਾ ਤੈਨੂੰ ਬਿਆਨਾ ਕਰਾ ਦਿੰਦਾ, 2-3 ਆਖੇ ਮੈਂ ਆ ਕੇ ਭਾਈ ਬਹਿ ਜਾਵਾਂਗਾ ਤੇਰੇ ਕੋਲ, 3 ਦਿਨ ਇੱਥੇ ਬੈਠਾ ਰਹੇ। ਅੱਛਾ, ਰੋਟੀ ਲੱਭੂ, ਚਾਹ ਪਾਣੀ ਹਰ ਕੁਛ ਲੱਭੂਗਾ, ਤਸੱਲੀ ਕਰਕੇ ਲੈ ਜੀ, ਠੀਕ ਹੋ ਗਿਆ। ਤੇ ਬਾਕੀ ਇਹ ਝੋਟੀ ਵਧੇਗੀ, ਦੁੱਧ ਹੋਰ ਕਰੇਗੀ? 16 ਕਿਲੋ ਅੱਲਾ ਦੇ ਫਜ਼ਲ ਨਾਲ ਝੋਟੀ ਨਹੀਂ ਚੱਲਦਾ ਦੁੱਧ, ਇਨਸ਼ਾਅੱਲਾ ਝੋਟੀ ਸੰਭੀ ਬੜੀ ਆ। ਅੱਛਾ, ਪਿਆਰ ਮੁਹੱਬਤ ਵਾਲਾ ਮੁੱਲ ਕੀ ਕਰਦਾ ਇਹਦਾ, ਜਿੱਥੇ ਆਪਾਂ ਝੋਟੀ ਵੇਚਣੀ ਹੈ? ਡਿਮਾਂਡ ਨਾ ਕਰੇ ਐਵੇਂ ਲੋਕਾਂ ਨਾਲ ਖਾਈ ਜਾਈਏ ਵੀ ਹੁਣ ਮੁੱਛ ਬੱਗੀ ਹੈ, ਪੰਜ ਕਲਿਆਣ ਹੈ, ਖੂਬਸੂਰਤ ਹੈ, ਬਿੱਲੀ ਅੱਖ, ਆਪਾਂ ਪੈਸੇ ਚੁੱਕ ਲਈ ਜੀ, ਮੁੱਲ ਤਾਂ 4,20,000 ਰੁਪਈਆ। ਅੱਛਾ, 4,20,000 ਰੁਪਈਆ, 20,000 ਤਾਂ ਕੰਮ ਹੀ ਨੀ ਚੰਗਾ, ਹੈ ਇਹ ਤਾਂ ਕੰਮ ਹੀ ਨੀ ਸਹੀ, 420 ਬਣ ਜਾਂਦਾ, 420। ਹਾਂ,
ਤੇ ਕੋਈ ਹਿਸਾਬ ਕਿਤਾਬ ਦਾ ਮੁੱਲ ਕਰ ਜਿੱਥੇ ਆਪਾਂ ਝੋਟੀ ਵੇਚ ਦੇਈਏ? 4 ਲੱਖ ਦੀ ਅੱਜ ਕੱਲ 4 ਲੱਖ ਦੀ। ਕੋਈ ਸੱਜਣ ਸਫ਼ਰ ਕਰਕੇ ਆਵੇ ਜਾਂ ਨਾ ਆਵੇ, ਕੋਈ ਚਾਹਤ ਮੁਹੱਬਤ ਕਰ ਲਾਂਗੇ, ਕੋਈ ਵਾਧਾ ਘਾਟਾ ਹੋਰ ਵੀ ਕਰ ਲਾਂਗੇ, ਜਦੋਂ ਕਿਸੇ ਪਸੰਦ ਆਵੇ ਕਰ ਲਾਂਗੇ ਨਾ, ਪੱਕੀ ਗੱਲ ਹੈ ਕਰ ਲਾਂਗੇ। ਹੁਣ ਦੁੱਧ ਦੀ ਗਰੰਟੀ ਹੈ? ਦੁੱਧ ਦੀ ਵੀ ਗਰੰਟੀ, ਸਾਰੀਆਂ ਦੀਆਂ ਗਰੰਟੀਆਂ ਕਰਮ ਵਾਲੀ ਦੀ। ਕੋਈ ਬੰਦਾ ਆਨਲਾਈਨ ਵੀ ਮੰਗਾਵੇ, ਇਹਦੇ ਵਿੱਚ ਕੋਈ ਫਰਕ ਹੋਵੇ ਆਪਾਂ ਦੇਣਦਾਰ। ਦੁੱਧ ਜੇ ਉੱਥੇ ਜਾ ਕੇ ਦੇ ਵੀ 1200 ਤੇ ਫਿਰ 2 ਕਿਲੋ ਦਾ ਜੁਰਮਾਨਾ, ਆਉਣ ਜਾਣ ਦਾ ਕਿਰਾਇਆ ਆਪਾਂ ਦੇਵਾਂਗੇ। ਪੱਕੀ ਆਉਣ ਜਾਣ ਦਾ ਕਿਰਾਇਆ। ਅੱਛਾ, ਇਹਨੂੰ ਖੋਲ ਮੇਰਾ ਵੀਰ, ਖੁੱਲੀ ਗੱਲ ਕੰਟਰੋਲ ਤੇ ਕੋਈ ਵੀਰ ਪ੍ਰਾਹ ਨਾ ਕੇ ਕਿ ਅੱਗੋ ਜਨਾਬ ਇਹਨਾਂ ਨੀਵੀਂ ਕੀਤੀ ਹੈ ਤੇ ਪਿੱਛੋਂ ਨਲਲੀ ਹੈ, ਅੱਗੇ ਪੱਠੇ ਪਾਏ ਨੇ ਪਿੱਛੋਂ ਜਨਾਬ, ਨਾ ਨਾ ਅਸਮਾਨ ਤੇ ਰੱਖੀ ਖੜੇ ਨੇ, ਅਸੀਂ ਜਾਣ ਦੇ ਪਰਾਂ ਨੂੰ ਨਿੱਕਾ ਬੱਚਾ ਫੜ ਤੂੰ ਹੈ, ਛੱਡ ਦੇ ਛੱਡ ਦੇ, ਕੋਈ ਜਾਣ ਦੇ ਲੱਗ ਕੋਲ ਕਰ ਲਓ ਜੀ। ਨਾ ਟੁਰਦੀ ਫਿਰਦੀ ਇਨਸ਼ਾਅੱਲਾ ਪਹਿਲਾਂ ਪਾਉਂਦੀ ਫਿਰਦੀ ਹੈ, ਬਾਕੀ ਜਨਾਬ ਖੂਬਸੂਰਤ ਲਾਜਵਾਬ ਹੈ ਝੋਟੀ ਮਾਸ਼ਾਅੱਲਾ, ਪਹਿਲਾ ਵਾਰਾ ਸੂਈ ਹੈ, 14 ਲੀਟਰ ਦੀ ਗਰੰਟੀ ਹੈ। ਜ਼ਿਲ੍ਹਾ ਵਿਹਾੜੀ ਚ ਆਈਆਂ ਸੋਹਣੀਆਂ ਝੋਟੀਆਂ ਨਹੀਂ ਜੰਮਦੀਆਂ, ਇਹ ਕੋਈ ਬੰਦਾ ਬਾਗੜੀ ਮੈਂ ਭੇਜਿਆ ਪਰ 2.5 ਲੱਖ ਦੀ ਤਾਂ ਵੀ ਰੱਖ ਲਾਂਗੇ, ਬਾਗੜੀ ਆਪਣੀ ਘਰ ਦੀ ਝੋਟੀ ਆ। ਕੋਈ ਬੰਦਾ 3 ਐਗਰੀਮੈਂਟ ਕਰ ਲੈਂਦਾ, 2.5 ਲੱਖ ਦੀ ਰੱਖ ਲਾਂਗੇ ਬਾਗੜੀ ਵਾਪਸੀ, ਹਾਂ ਵਾਪਸੀ ਮੋੜ ਉਹਨਾਂ ਨੂੰ ਯਾਰ ਝੋਟੀ। ਲਓ ਜਨਾਬ ਵੀਡੀਓ ਪਸੰਦ ਆਵੇ ਤੇ ਚੈਨਲ ਨੂੰ ਸ਼ੇਅਰ ਕਰਨਾ, ਲਾਈਕ ਕਰਨਾ, 2.5 ਲੱਖ ਰੱਖ ਲਾਂਗੇ, ਠੀਕ ਹੋ ਗਿਆ। ਜੇ ਕੋਈ ਲੈ ਗਿਆ ਵੀਰ, ਸਾਫ਼ ਸੁਥਰੀ ਹੋਣੀ ਚਾਹੀਦੀ, ਬਾਕੀ ਉਤਲੀ ਕੰਡੀਸ਼ਨ ਮੇਰੇ ਭਰਾ ਇਨਸ਼ਾਅੱਲਾ ਵੇਖ ਲੈਂਦੇ ਹੁੰਦੇ ਯਾਰ। ਅੱਜ ਸਾਫ਼ ਚੋਣ, ਐਡਾ ਮੋਟਾ ਚੋਣ ਆ, ਜਿਹੜਾ ਜਿਹੜਾ ਥਾਂ ਨਾ ਝੋਟੀ ਨੂੰ ਅੰਗੂਠੇ ਰੰਗਾ, ਅੰਗੂਠੇ ਰੰਗਾ, ਠੀਕ ਹੋ ਗਿਆ। ਨੰਬਰ ਜਨਾਬ ਆਪਣਾ ਸਕਰੀਨ ਤੇ ਚੱਲਦਾ 0348-0667-88 ਆਪਣਾ ਵਟਸਐਪ ਨੰਬਰ ਹੈ, ਇਹ ਜਨਾਬ ਆਪਣਾ ਇਮੋ ਨੰਬਰ ਹੈ। ਮਿਲਾਂਗੇ ਅਗਲੀ ਵੀਡੀਓ ਦੇ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।